ਸਤਿ ਸ਼੍ਰੀ ਅਕਾਲ ਜੀ। ਸਿਟੀ ਲਾਈਵ ਵੱਲੋਂ ਇਸ ਵਕਤ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਦਾਖਾ ਦੇ ਪਿੰਡ ਬਾਣੀਵਾਲ ਦੇ ਵਿੱਚ, ਜਿੱਥੇ ਜੇਕਰ ਗੱਲ ਕੀਤੀ ਜਾਵੇ ਬਤੌਰ ਸਰਪੰਚੀ ਸੇਵਾ ਨਿਭਾਉਣ ਦੀ, ਕਿਤੇ ਨਾ ਕਿਤੇ ਜਾ ਕੇ ਕਈ ਕਾਰਨ ਹੁੰਦੇ ਨੇ ਕਿ ਸਰਪੰਚੀ ਦੇ ਮੌਕੇ ਸਰਪੰਚੀ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਹੱਥੋਂ ਆਉਂਦੀ ਆਉਂਦੀ ਰਹਿ ਜਾਂਦੀ ਹੈ। ਪਰ ਕਹਿੰਦੇ ਨੇ ਪਰਮਾਤਮਾ ਨੇ ਜਿਸ ਇਨਸਾਨ ਤੋਂ ਆਪਣੇ ਪਿੰਡ ਦੀ ਸੇਵਾ ਕਰਵਾਉਣੀ ਹੁੰਦੀ ਹੈ ਤਾਂ ਪਰਮਾਤਮਾ ਹਰ ਹਿੱਲੇ ਉਹ ਸੇਵਾ ਨਿਭਾਉਂਦਾ ਹੈ। ਔਰ ਜੇਕਰ ਗੱਲ ਕੀਤੀ ਜਾਵੇ ਪਿੰਡ ਬਾਣੀਏਵਾਲ ਦੀ, ਤਾਂ ਇੱਥੋਂ OSD ਸੰਦੀਪ ਸੰਧੂ ਜੀ ਦੀ ਨਿਗਰਾਨੀ ਹੇਠ ਪਿੰਡ ਬਾਣੀਏਵਾਲ ਦੀ ਸਰਪੰਚੀ ਦੀਆਂ ਜ਼ਿੰਮੇਵਾਰੀਆਂ ਜੋ ਨੇ ਉਹਨਾਂ ਨੂੰ ਨਿਭਾ ਰਹੇ ਨੇ, ਜਿਨ੍ਹਾਂ ਨੂੰ OSD ਸੰਦੀਪ ਸੰਧੂ ਜੀ ਨੇ ਇੱਥੋਂ ਅਧਿਕਾਰਿਤ ਕੀਤਾ ਹੋਇਆ। ਜੀ ਹਾਂ, ਗੱਲਬਾਤ ਕਰ ਰਹੀ ਹਾਂ ਮੈਂ ਤੁਹਾਡੇ ਨਾਲ ਮੇਰੇ ਨਾਲ ਖੜ੍ਹੇ ਕਿਹਰ ਸਿੰਘ ਜੀ ਦੇ ਬਾਰੇ। ਕਿਹਰ ਸਿੰਘ ਜੀ ਨੂੰ OSD ਸੰਦੀਪ ਸੰਧੂ ਜੀ ਨੇ ਇੱਥੋਂ ਪਾਵਰ ਦੇ ਕੇ ਪਿੰਡ ਬਾਣੀਏਵਾਲ ਦੇ ਵਿਕਾਸ ਕੰਮਾਂ ਦੀ ਸੇਵਾ ਦਿੱਤੀ। ਆਓ ਆਪਾਂ ਗੱਲਬਾਤ ਕਰਦੇ ਹਾਂ COVID-19 ਦੇ ਤਹਿਤ ਸਰਕਾਰ ਵੱਲੋਂ ਲਗਾਏ ਜਾ ਰਹੇ ਟੀਕਾਕਰਨ ਦੇ ਸੰਬੰਧ ਵਿੱਚ ਕਿਹਰ ਸਿੰਘ ਜੀ ਦੇ ਨਾਲ। ਸਭ ਤੋਂ ਪਹਿਲਾਂ ਤਾਂ ਸਿਟੀ ਲਾਈਵ ਕਰਨੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਹਰ ਸਿੰਘ ਜੀ, ਜੇਕਰ ਗੱਲ ਕੀਤੀ ਜਾਵੇ ਬਤੌਰ ਸਰਪੰਚੀ ਤੁਸੀਂ ਆਪਣੇ ਪਿੰਡ ਦੀ ਸੇਵਾ ਨਿਭਾ ਰਹੇ ਹੋ, ਕਾਗਜ਼ਾਂ ਦੇ ਵਿੱਚ ਸਰਪੰਚੀ ਦੀ ਸੇਵਾ ਨਹੀਂ ਹੈ, ਪਰ OSD ਸੰਦੀਪ ਸੰਧੂ ਜੀ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ। ਔਰ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿਕਾਸ ਕੰਮਾਂ ਦੀ, ਆਪਾਂ ਵਿਕਾਸ ਕੰਮਾਂ ਦੇ ਬਾਰੇ ਤੁਹਾਡੇ ਨਾਲ ਫਿਰ ਕਿਸੇ ਦਿਨ ਤੁਹਾਡਾ ਸਮਾਂ ਲਵਾਂਗੇ, ਪਰ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਇੱਥੇ ਦੱਸ ਦਿਓ ਕਿ ਤੁਸੀਂ ਆਪਣੇ ਪਿੰਡ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ OSD ਸੰਦੀਪ ਸੰਧੂ ਜੀ ਰਾਹੀਂ ਕਰਵਾਏ ਆ। ਮੈਡਮ, ਸਾਰਿਆਂ ਨਾਲੋਂ ਵੱਡਾ ਸਾਡੇ ਸੰਧੂ ਜੀ ਦੀ ਬਦੌਲਤ ਹੈ। ਮੇਰੇ ਪਿੰਡ ਦੇ ਵਿੱਚ ਜਿੰਨੇ ਵੀ ਗਰੀਬ ਸੀਗੇ, ਬੱਚੇ ਅਪੰਗ ਸੀਗੇ ਜਾਂ ਅੰਗਹੀਣ ਆ, ਇਹਨਾਂ ਦੀ ਬਦੌਲਤ ਮੈਂ ਬੱਚਿਆਂ ਨੂੰ ਪੈਨਸ਼ਨ ਲਵਾ ਚੁੱਕਿਆ ਜੀ। ਜੋ ਵੀ ਹੋਰ ਮੇਰੇ ਰਹਿੰਦੇ ਪਿੰਡ ਦੇ ਕੰਮ ਆ, ਜਿੰਨੇ ਵੀ ਮੰਨ ਲਓ ਸੀਵਰੇਜ ਹੋ ਗਿਆ, ਵੀਹਾਂ ਹੋ ਗਈਆਂ, ਜਿੰਨੀਆਂ ਵੀ ਇੰਟਰਲੋਕ ਟਾਇਲ ਆ, ਸਕੂਲ ਦੇ ਧਰਮਸ਼ਾਲਾ ਦੀ ਮੰਨ ਸਾਰੀ ਇਮਾਰਤ ਦੀ ਮੈਂ ਦੁਬਾਰੇ ਸਾਰੀ ਕਰਾਈ ਜੀ। ਫਿਰ ਉਹ ਇੰਟਰਲੋਕ ਟਾਇਲ ਆ ਜੀ, ਉਹ ਸਾਰੇ ਸਾਡੇ ਪਿੰਡ ਦੇ ਵਿੱਚ ਲੱਗ ਚੁੱਕੀ ਆ। ਸੀਵਰੇਜ ਮੇਰੇ ਸਾਰੇ ਪਿੰਡ ਦਾ ਮੁਕੰਮਲ ਹੋ ਚੁੱਕਿਆ ਜੀ। ਅੱਜ ਤੱਕ ਇਹੋ ਜਿਹਾ ਕੋਈ ਵੀ ਕੰਮ ਨਹੀਂ ਜੋ ਸੰਧੂ ਸਾਹਿਬ ਜੀ ਨੇ ਮੇਰੇ ਪਿੰਡ ਦੇ ਵਿੱਚ ਛੱਡਿਆ ਹੋਵੇ। ਵੱਧ ਤੋਂ ਵੱਧ ਮੈਨੂੰ ਗ੍ਰਾਂਟ ਦੇ ਰਹੇ ਨੇ ਅਤੇ ਮੇਰਾ ਸਾਥ ਦੇ ਰਿਹਾ ਜੀ। ਮੈਂ ਤਕਰੀਬ ਸੰਧੂ ਸਾਹਿਬ ਜੀ ਦੇ ਬਹੁਤ ਧੰਨਵਾਦ ਕਰਦਾ, ਜੋ ਅੱਜ ਮੇਰੇ ਪਿੰਡ ਦੇ ਵਿੱਚ ਜੋ ਨਸ਼ਾ ਸੀ, ਤਕਰੀਬ ਇਹੋ ਜਿਹਾ ਕੋਈ ਕੰਮ ਨਹੀਂ ਵੀ ਜੋ ਮੇਰੇ ਪਿੰਡ ਵਿੱਚ ਨਸ਼ਾ ਵਿਕਦਾ। ਅਕਾਲੀ ਸਰਕਾਰ ਦੇ ਮੌਕੇ ਮੇਰੇ ਪਿੰਡ ਵਿੱਚ ਰੱਜ ਕੇ ਨਸ਼ਾ ਵਿਕਿਆ ਜੀ। ਤੁਸੀਂ ਜਿਹੜੀ ਗੱਲ ਕਰਨ ਜਾ ਰਹੇ ਹੋ, ਆਪਾਂ ਇਸ ਸੰਬੰਧ ਦੇ ਵਿੱਚ ਤੁਹਾਡੇ ਨਾਲ ਕੁਝ ਦਿਨਾਂ ਬਾਅਦ ਗੱਲ ਕਰਾਂਗੇ, ਅਤੇ ਤੁਸੀਂ ਹੁਣ ਇਹ ਦੱਸੋ ਪਹਿਲਾਂ ਕਿ OSD ਸੰਦੀਪ ਸੰਧੂ ਜੀ ਦੀ ਨਿਗਰਾਨੀ ਹੇਠ ਤੁਸੀਂ ਜੋ ਪਿੰਡ ਦੀ ਸੇਵਾ ਨਿਭਾ ਰਹੇ ਹੋ, ਔਰ ਇਸ ਵਕਤ ਜਿਹੜਾ ਦੌਰ ਚੱਲ ਰਿਹਾ COVID-19 ਦਾ, ਔਰ COVID-19 ਦੇ ਤਹਿਤ ਸਰਕਾਰ ਵੱਲੋਂ ਕੈਂਪ ਲਵਾਏ ਜਾ ਰਹੇ ਨੇ ਜਿਹਦੇ ਵਿੱਚ ਮੁਫਤ ਟੀਕਾਕਰਨ ਦਿੱਤਾ ਜਾ ਰਿਹਾ, ਔਰ 45 ਸਾਲ ਤੋਂ ਉੱਪਰ ਦੇ ਕਿੰਨੇ ਤੁਹਾਡੇ ਪਿੰਡ ਦੇ ਵਸਨੀਕ ਨੇ ਜਿਨ੍ਹਾਂ ਨੂੰ ਤੁਸੀਂ ਇਹ ਮੁਫਤ ਟੀਕਾਕਰਨ ਕਰਵਾ ਦਿੱਤਾ? ਮੈਡਮ, ਮੇਰੇ ਪਿੰਡ ਦੇ ਵਿੱਚ 250 ਲਗਭਗ ਬੂਟ ਹੈ ਜੀ, ਜਿਸ ਦੇ ਵਿੱਚ ਮੇਰੇ 30% ਤੋਂ ਲਗਭਗ ਟੀਕੇ ਲੱਗ ਚੁੱਕੇ ਆ ਜੀ। ਹੁਣ ਤਕਰੀਬ ਜੋ ਵੀ ਰਹਿ ਰਹੇ ਆ ਉਹ ਸਭ ਲਗਵਾਉਣ ਨੂੰ ਤਿਆਰ ਨੇ। ਹੁਣ ਮੈਂ ਪਿੰਡ ਦੇ ਵਿੱਚ ਕੈਂਪ ਜਲਦੀ ਲਵਾ ਰਿਹਾ ਸੰਧੂ ਸਾਹਿਬ ਜੀ ਤੋਂ, ਜੋ ਵੀ ਮੇਰੇ ਰਹਿ ਰਿਹਾ ਹੁਣ ਸਭ ਦੇ ਟੀਕਾ ਲਵਾ ਦਾਂਗੇ ਜੀ। ਹੁਣ ਤੁਸੀਂ ਇੱਥੇ ਇੱਕ ਗੱਲ ਹੋਰ ਦੱਸੋ, ਜਦੋਂ ਇਹ ਟੀਕਾਕਰਨ ਸ਼ੁਰੂ ਹੋਇਆ ਸੀ ਤਾਂ ਸ਼ੁਰੂ ਦੇ ਵਿੱਚ 45 ਸਾਲ ਤੋਂ ਉੱਪਰ ਦੇ ਨੂੰ ਪਹਿਲ ਦਿੱਤੀ ਗਈ ਸੀ ਕਿ ਉਹਨਾਂ ਦੇ ਕਰੋਨਾ ਦੀ ਇਹ ਵੈਕਸੀਨ ਲੱਗਣੀ ਬਹੁਤ ਜ਼ਰੂਰੀ ਹੈ, ਪਰ ਤੁਹਾਡੀ ਉਮਰ 42 ਸਾਲ ਹੈ ਅਤੇ ਤੁਹਾਨੂੰ ਕਿੰਨੇ ਦਿਨ ਹੋਏ ਨੇ ਟੀਕੇ ਲਵਾਏ ਨੂੰ? ਮੈਡਮ, ਮੈਨੂੰ 1 ਮਹੀਨਾ ਹੋ ਚੁੱਕਿਆ ਜੀ। ਤੁਹਾਨੂੰ ਕੋਈ ਟੀਕਾ ਲਗਵਾਉਣ ਤੋਂ ਬਾਅਦ ਸਮੱਸਿਆ ਆਈ? ਨਹੀਂ ਮੈਡਮ, ਕੋਈ ਸਮੱਸਿਆ ਨਹੀਂ ਆਈ। ਅਤੇ ਤੁਸੀਂ ਹੁਣ ਇਹ ਦੱਸੋ ਕਿ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਹੁਣ ਲੋਕ ਜਾਗਰੂਕ ਨੇ ਕਰੋਨਾ ਦੀ ਇਹ ਵੈਕਸੀਨ ਲਗਵਾਉਣ ਦੇ ਲਈ, ਪਰ ਸ਼ੁਰੂ ਦੇ ਵਿੱਚ ਲੋਕ ਜਾਗਰੂਕ ਕਿਉਂ ਨਹੀਂ ਹੋਏ? ਮੈਡਮ, ਜੋ ਅਫਵਾਹਾਂ ਚੱਲ ਰਹੀਆਂ ਸੀ, ਲੋਕ ਤਕਰੀਬਨ ਇਸ ਤੋਂ ਡਰਦੇ ਸੀਗੇ ਵੀ ਪਤਾ ਨਹੀਂ ਟੀਕਾ ਲਗਾਉਣ ਤੋਂ ਬਾਅਦ ਵੀ ਜਿਵੇਂ ਕਹਿੰਦੇ ਵੀ ਆ ਬੰਦਾ ਦੀ ਡੈਥ ਹੋ ਗਈ ਜਾਂ ਹੋ ਗਈ, ਲੇਕਿਨ ਹੁਣ ਲੋਕਾਂ ਨੂੰ ਪੂਰੀ ਜਾਗਰੂਕਤਾ ਹੈ ਵੀ ਹੁਣ ਸਭ ਟੀਕਾ ਲਗਾਉਣ ਨੂੰ ਤਿਆਰ ਨੇ। ਅਤੇ ਕਿਹਰ ਸਿੰਘ ਜੀ, ਸਾਨੂੰ ਪਿੰਡ ਦੇ ਲੋਕਾਂ ਤੋਂ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਵਾਈਫ ਆਸ਼ਾ ਵਰਕਰ ਨੇ, ਅਤੇ ਤੁਸੀਂ ਇਹ ਦੱਸੋ ਕਿ ਤੁਹਾਡੇ ਵਾਈਫ ਤੁਹਾਡੇ ਨਾਲ ਡਿਸਕਸ ਕਰਦੇ ਹੋਣਗੇ ਕਿ ਲੋਕਾਂ ਦੀ ਕੀ ਸੋਚ ਹੈ ਕਰੋਨਾ ਨੂੰ ਲੈ ਕੇ ਔਰ ਕਰੋਨਾ ਦੀ ਵੈਕਸੀਨ ਜੋ ਇਹ ਇੰਜੈਕਸ਼ਨ ਆ ਉਹਦੇ ਬਾਰੇ। ਮੈਡਮ, ਪਹਿਲਾਂ ਤੋਂ ਦੱਸਿਆ ਜੀ, ਇਹੀ ਮੇਨ ਗੱਲ ਸੀਗੀ ਵੀ ਜੋ ਲੋਕ ਨਾ ਅਫਗਾਨ ਤੋਂ ਡਰਦੇ ਸੀਗੇ, ਟੀਕਾ ਨਹੀਂ ਲਗਵਾ ਰਹੇ ਸੀ। ਮੇਰੇ ਘਰ ਦੇ ਆਸ਼ਾ ਵਰਕਰ ਆ ਜੀ, ਉਹ ਘਰ ਘਰ ਜਾ ਕੇ ਇਹੀ ਸਮਝਾ ਰਿਹਾ ਵੀ ਜੇ ਆਪਾਂ ਇਹ ਟੀਕਾ ਲਗਵਾਵਾਂਗੇ ਤਾਂ ਆਪਣੀ ਜ਼ਿੰਦਗੀ ਬਚ ਸਕਦੀ ਆ, ਜੇ ਆਪਾਂ ਟੀਕਾ ਨਹੀਂ ਲਗਵਾ ਰਹੇ ਤਾਂ ਆਪਾਂ ਤਕਰੀਬ ਜ਼ਿੰਦਗੀ ਨੂੰ ਬਹੁਤ ਘੱਟ ਜਿਉਂਦੇ। ਔਰ ਜੇਕਰ ਗੱਲ ਕੀਤੀ ਜਾਵੇ ਇੰਜੈਕਸ਼ਨ ਲਗਵਾਉਣ ਦੀ, ਤਾਂ ਤੁਹਾਡੇ ਪਿੰਡ ਵਿੱਚੋਂ ਹੁਣ ਇਸ ਸਮੇਂ ਇਕੱਲੇ ਮਰਦ ਹੀ ਇਹ ਟੀਕਾ ਲਗਵਾ ਰਹੇ ਨੇ ਜਾਂ ਔਰਤਾਂ ਵੀ? ਨਹੀਂ ਮੈਡਮ, ਸਾਡੇ ਪਿੰਡ ਦੇ ਵਿੱਚ ਮਰਦਾਂ ਨੇ ਵੀ ਅਤੇ ਔਰਤਾਂ ਨੇ ਵੀ, ਜੋ ਵੀ ਟੀਕਾ ਸਭ ਲਗਵਾ ਰਹੇ ਜੀ ਹੁਣ।
ਤੇ ਹੁਣ ਕੇਹਰ ਸਿੰਘ ਜੀ ਤੁਸੀਂ ਆਪਣੇ ਸ਼ਬਦਾਂ ਦੇ ਰਾਹੀਂ ਕਿਉਂਕਿ ਤੁਸੀਂ 42 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਪਹਿਲਕਦਮੀ ਕੀਤੀ ਹੈ ਕਿ ਇੰਜੈਕਸ਼ਨ ਲਗਵਾਇਆ, ਨਹੀਂ ਤਾਂ ਲੋਕ ਸੋਚਦੇ ਨੇ ਕਿ 45 ਸਾਲ ਤੋਂ ਉੱਪਰ ਦੇ ਲਈ ਇਹ ਜ਼ਰੂਰੀ ਹੈ। ਅਤੇ ਜਿਹੜੇ ਸਾਡੇ ਪੰਜਾਬ ਦੇ ਵਸਨੀਕ ਇਸ ਇੰਜੈਕਸ਼ਨ ਨੂੰ ਲਗਵਾਉਣ ਤੋਂ ਡਰਦੇ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਸਭ ਨੂੰ ਸਾਨੂੰ ਇਹ ਚਾਹੀਦਾ ਹੈ ਵੀ ਅਸੀਂ ਸਾਰੇ ਟੀਕੇ ਲਗਵਾਈਏ, ਜੋ ਹੁਣ ਸਾਨੂੰ ਸਰਕਾਰ ਫਰੀ ਟੀਕੇ ਦੇ ਰਹੀ ਆ, ਵੈਕਸੀਨ ਲਾ ਰਹੇ ਆ, ਵੀ ਸਾਰੇ ਅਸੀਂ ਰਲ ਕੇ ਲਗਵਾਈਏ। ਜੇਕਰ ਕੱਲ੍ਹ ਨੂੰ ਫਿਰ ਵੀ ਸਾਨੂੰ ਵੱਧ ਤੋਂ ਵੱਧ ਪ੍ਰਾਈਵੇਟ ਹਸਪਤਾਲਾਂ 'ਚੋਂ ਟੀਕੇ ਲਗਵਾਉਣੇ ਪੈਣਗੇ, ਕਿਉਂ ਅੱਜ ਜੋ ਸਾਡੀ ਸਰਕਾਰ ਦੇ ਰਹੀ ਆ, ਅਸੀਂ ਸਾਨੂੰ ਸਭ ਨੂੰ ਸਹੂਲਤ ਲੈਣੀ ਚਾਹੀਦੀ ਹੈ। ਸਰਕਾਰ ਗਰੀਬ ਨੂੰ, ਅਮੀਰ ਨੂੰ, ਸਭ ਨੂੰ ਫਰੀ ਟੀਕੇ ਲਗਾ ਰਹੀ ਹੈ ਜੀ। ਸਾਨੂੰ ਸਭ ਨੂੰ ਰਲ ਕੇ ਟੀਕੇ ਲਗਵਾਉਣੇ ਜ਼ਰੂਰੀ ਹੈ। ਅੰਤ ਦੇ ਵਿੱਚ ਦਰਸ਼ਕਾਂ ਨੂੰ ਇੱਥੇ ਇੱਕ ਗੱਲ ਕਹਿਣਾ ਚਾਹਾਂਗੇ, ਦੇਖਿਆ ਜਾਵੇ ਤਾਂ ਹੁਣ ਤੱਕ ਤੁਸੀਂ ਸਾਰੇ ਪਿੰਡਾਂ ਦੇ ਵਿਕਾਸ ਕੰਮ ਜਿਹੜੇ ਹੈ ਦੇਖੇ ਆ, ਔਰ ਤੁਸੀਂ ਰੂਬਰੂ ਹੋਏ ਹੋ ਹਲਕਾ ਦਾਖਾ ਦੇ ਸਰਪੰਚਾਂ ਦੇ ਨਾਲ, ਪਰ ਹਲਕਾ ਦਾਖਾ ਦੇ ਬੇਟ ਏਰੀਏ ਦੇ ਕੁਝ ਪਿੰਡ ਇਹੋ ਜਿਹੇ ਨੇ ਜਿੱਥੋਂ ਤੱਕ ਸਿਟੀ ਲਾਈਫ ਦੀ ਟੀਮ ਬਹੁਤ ਲੇਟ ਪਹੁੰਚੀ ਹੈ, ਔਰ ਹੁਣ ਜਿਹੜੀ ਗੱਲਬਾਤ ਵਾਰਤਾਲਾਪ ਹੋ ਰਹੀ ਹੈ ਉਹ COVID-19 ਦੀ ਵੈਕਸੀਨ ਦੇ ਸੰਬੰਧ ਵਿੱਚ ਹੋ ਰਹੀ ਹੈ। ਬਹੁਤ ਜਲਦੀ ਲੈ ਕੇ ਆ ਰਹੇ ਹਾਂ ਕੇਹਰ ਸਿੰਘ ਜੀ ਨੂੰ ਤੁਹਾਡੇ ਰੂਬਰੂ ਪਿੰਡ ਬਾਣੀਵਾਲ ਦੇ ਵਿਕਾਸ ਕੰਮਾਂ ਦੇ ਮੁੱਦੇ 'ਤੇ, ਔਰ ਵਿਕਾਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਬਾਣੀਵਾਲ ਦੇ ਵਿਕਾਸ ਕੰਮ ਜਾਣਨ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।